ਸੋ ਪਰਨੀਤ ਕੌਰ ਜੀ ਨੂੰ ਤਾਂ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਬਿਆਨ ਦੇ ਕੇ ਗਿਆ ਸੀਗਾ ਔਰ ਵਾਰ ਵਾਰ ਮੈਂ ਸਮਝਦਾ ਸੀ ਉਹਦੇ ਤੇ ਟਿੱਪਾ ਟਿੱਪਣੀ ਨਾ ਹੋਵੇ, ਲੇਕਿਨ ਪਰਿਵਾਰ ਵਾਲਿਆਂ ਨੇ ਹਮੇਸ਼ਾ ਇਹ ਕਿਹਾ ਕਿ ਰਾਜਾ ਵੜਿੰਗ ਤਾਂ ਸਾਨੂੰ ਕੱਢ ਹੀ ਨਹੀਂ ਸਕਦਾ ਔਰ ਕੁਛ ਕਹਿ ਹੀ ਨਹੀਂ ਸਕਦਾ, ਔਰ ਉਲਟਾ ਇਸ ਤਰ੍ਹਾਂ ਦੀਆਂ ਸਫਾਈਆਂ ਦਿੰਦੇ ਰਹੇ ਕਿ ਸਾਡੇ ਮਾਤਾ ਜੀ ਤਾਂ ਰਾਜ ਸਭਾ ਬੀਜੇਪੀ 'ਚ ਹੁੰਦੇ ਸੀ। ਅਕਸਰ ਇਹੋ ਜਿਹੇ ਪਰਿਵਾਰ ਇਸ ਤਰ੍ਹਾਂ ਦਾ ਹਮੇਸ਼ਾ ਸਿਸਟਮ ਚਲਾਉਂਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਕੋਈ ਜਾਗੀਰਦਾਰੀ ਹੈ। ਹਾਲਾਂਕਿ ਅੱਜ ਲੋਕਤੰਤਰ ਹੈ, ਹੁਣ ਰਾਜਾਸ਼ਾਹੀ ਤਾਂ ਕੰਮ ਰਿਹਾ ਨਹੀਂ ਹੈ, ਪਰ ਲੋਕਤੰਤਰ ਦੇ ਵਿੱਚ ਜਨਤਾ ਸਭ ਕੁਝ ਜਾਣਦੀ ਹੈ। ਇਸੇ ਕਰਕੇ ਜਿਹੜਾ ਨਤੀਜਾ ਭੁਗਤਣਾ ਪਿਆ, ਕੈਪਟਨ ਅਮਰਿੰਦਰ ਸਿੰਘ ਖੁਦ ਚੁਣਾਵ ਹਾਰੇ, ਚੰਗਾ ਹੁੰਦਾ ਸਰਦਾਰਨੀ ਪਰਨੀਤ ਕੌਰ ਜੀ ਮੈਡਮ ਸਾਡੇ ਆਪਦੀ ਆਪ ਛੱਡ ਕੇ ਜਾਂਦੇ ਪਾਰਟੀ, ਜਿਸ ਤਰ੍ਹਾਂ ਉਹਨਾਂ ਨੇ ਬੀਜੇਪੀ ਦੀ ਕਮਾਨ ਇਲੈਕਸ਼ਨਾਂ ਦੇ ਵਿੱਚ ਸੰਭਾਲੀ ਔਰ ਰੋਜ਼ਾਨਾ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਕਸਰ ਪਟਿਆਲਾ 'ਚ ਨਹੀਂ ਛੱਡੀ, ਕੋਈ ਕਸਰ ਉਹਨਾਂ ਲੋਕਾਂ ਦੇ ਪ੍ਰਤੀ ਨਹੀਂ ਛੱਡੀ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਵਫਾਦਾਰੀਆਂ ਨਿਭਾਈਆਂ, ਉਹਨਾਂ ਦੇ ਪਰਿਵਾਰ ਨਾਲ 20-20 ਸਾਲ ਕੰਮ ਕੀਤਾ, ਉਹਨਾਂ ਨੂੰ ਪਸਾਇਆ ਜਾਵੇ, ਉਹਨਾਂ ਨੂੰ ਕਿਵੇਂ ਨਾ ਕਿਵੇਂ ਨੁਕਸਾਨ ਪਹੁੰਚਾਇਆ ਜਾਵੇ। ਸੋ ਅੱਜ ਇਹ ਨੌਬਤ ਐਡੇ ਵੱਡੇ ਪਰਿਵਾਰ ਦੇ ਲਈ ਇਸ ਕਰਕੇ ਆਈ ਕਿ ਜਦੋਂ ਬੰਦਾ ਬਿਲਕੁਲ ਇਹ ਧਾਰਨਾ ਹੀ ਕਰ ਲਏ ਕਿ ਨਹੀਂ, ਬਲਕਿ ਮੈਂ ਇਹ ਸ਼ਬਦ ਵਰਤਣਾ ਨਹੀਂ ਚਾਹੁੰਦਾ, ਬੇਸ਼ਰਮੀ ਵਾਲੀ ਗੱਲ, ਪਰ ਉਹਨਾਂ ਨੂੰ ਆਪਦੀ ਆਪ ਹੀ ਪਾਰਟੀ ਛੱਡ ਦੇਣੀ ਚਾਹੀਦੀ ਸੀ ਔਰ ਬੀਜੇਪੀ ਤੋਂ ਚੁਣਾਵ ਲੜਨਾ ਚਾਹੀਦਾ ਹੈ ਔਰ ਆਪਦੀ ਲੋਕਪ੍ਰਿਯਤਾ, ਖਾਸ ਕਰਕੇ ਮੈਂ ਸਮਝਦਾ ਕਿ ਸਾਲ ਪਿਆ ਅਜੇ ਚੁਣਾਵ ਨੂੰ, ਉਹ ਖੁਦ ਕਹਿਣ ਕਿ ਮੈਂ ਕਾਂਗਰਸ ਪਾਰਟੀ ਛੱਡੀ, ਅਗਰ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਤਾਂ ਮੈਂ 1 ਸਾਲ ਪਹਿਲਾਂ ਛੱਡ ਦਿੰਦਾ ਪਾਰਟੀ, ਅਗਰ ਨਹੀਂ ਨਹੀਂ ਛੱਡੀ ਤੇ ਮੈਂ ਹੁਣ ਆਪਦਾ ਦਮਖਮ ਦਿਖਾਵਾਂਗੀ, ਬਾਈ ਇਲੈਕਸ਼ਨ ਚੁਣਾਵ ਲੜਾਂਗੀ, ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜਾਂਗੀ, ਤੇ ਜਿਹੜੀ ਤਾਕਤ ਹੈ ਉਹ ਪਤਾ ਲੱਗ ਜਾਂਦੀ। ਹੁਣ ਜਿਹੜੀ ਬੀਜੇਪੀ ਕਹਿ ਰਹੀ ਹੈ, ਤੁਸੀਂ ਕਹਿੰਦੇ ਵੀ ਕਾਂਗਰਸ ਨੂੰ ਘਾਟਾ ਹੈ, ਮੈਂ ਇਹ ਕਹਿੰਦਾ ਕਿ ਸਾਨੂੰ ਘਾਟਾ ਹੈ, ਤੁਹਾਨੂੰ ਫਾਇਦਾ ਹੈ। ਮੈਡਮ ਨੂੰ ਬਾਈ ਇਲੈਕਸ਼ਨ ਲੜਾਓ, ਮੈਡਮ ਨੂੰ ਬੀਜੇਪੀ ਦਾ ਕਮਲ ਦਾ ਫੁੱਲ ਦੇ ਦੇ ਦਿਓ, ਅਸੀਂ ਕੋਈ ਆਪਦਾ ਵਿਅਕਤੀ ਲੜਾਵਾਂਗੇ, ਪਤਾ ਲੱਗ ਜੂਗਾ ਵੀ ਬੀਜੇਪੀ ਨੂੰ ਘਾਟਾ ਕਿ ਕਾਂਗਰਸ ਨੂੰ ਫਾਇਦਾ ਹੋਇਆ, ਜਨਤਾ ਨੂੰ ਪਤਾ ਲੱਗ ਜੂਗਾ। ਸੋ ਮੇਰੀ ਇਹ ਬੇਨਤੀ ਹੈ, ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਦੋਹਰੀ ਨੀਤੀ ਨਾਲ ਚੱਲ ਰਹੇ ਨੇ, ਰਹਿਣਾ ਕਾਂਗਰਸ ਜਿਤਨਾ ਟਿਕਟ ਤੇ ਕਾਂਗਰਸ ਦੀ ਤੇ, ਸੋਲੇ ਬੀਜੇਪੀ ਦੇ ਗਾਉਣੇ, ਇੰਟਰਨਲ ਗੱਲ, ਲੋਕਾਂ ਨੇ ਇਸੇ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਖਮਿਆਜਾ ਇਹ ਪਰਿਵਾਰ ਨੇ ਭੁਗਤਿਆ। ਸੋ ਇਹੋ ਜਿਹੇ ਲੋਕਾਂ ਨੂੰ ਆਪ ਹੀ ਚਲੇ ਜਾਣਾ ਚਾਹੀਦਾ, ਮੇਰੀ ਬੇਨਤੀ ਹੈ। ਔਰ ਮੈਂ ਬੀਜੇਪੀ ਨੂੰ ਬੇਨਤੀ ਕਰਾਂਗੇ, ਲੈ ਜਾਓ ਇਹੋ ਜਿਹੇ ਲੋਕ, ਮੈਂ ਤਾਂ ਕਹਿੰਦਾ ਜਿਹਦੇ ਨਾਲ ਬੀਜੇਪੀ ਵੀ ਮਜ਼ਬੂਤ ਹੋਏਗੀ। ਕਈ ਤੋਹਫੇ ਲੈ ਕੇ ਗਈ ਹੈ ਪਿਛਲੇ ਦਿਨਾਂ 'ਚ, ਇੱਕ ਅੱਧਾ ਵੱਡਾ ਹੋਰ ਤੋਹਫਾ ਗਿਆ। ਇਹ ਦਿੱਲੀ ਵਾਲਿਆਂ ਨੂੰ, ਬਿਹਾਰ ਵਾਲਿਆਂ ਨੂੰ ਤਾਂ ਲੱਗਦਾ ਹੋਊਗਾ ਵੀ ਮੈਡਮ ਪਰਨੀਤ ਕੌਰ ਚਲੇ ਗਏ, ਫਲਾਨਾ ਚਲਾ ਗਿਆ, ਪਰ ਸਾਡੇ ਵਾਸਤੇ ਬੜਾ ਇਹ ਫਾਇਦਾ ਹੋ ਰਿਹਾ ਹੈ। ਹਰਦਿਆਲ ਕੰਬੋਜ ਜੀ ਨਾਲ ਕਿਸੇ ਨੂੰ ਨਫ਼ਰਤ ਨਹੀਂ ਹੈ, ਵਿਸ਼ਨੂੰ ਜੀ ਨਾਲ ਕਿਸੇ ਨੂੰ ਨਫ਼ਰਤ ਨਹੀਂ ਹੈ, ਕਾਂਗਰਸ ਦੇ ਪੰਜੇ ਨਾਲ ਕਿਸੇ ਨੂੰ ਨਫ਼ਰਤ ਨਹੀਂ ਹੈ, ਤਿਰੰਗੇ ਨਾਲ ਕਿਸੇ ਨੂੰ ਨਫ਼ਰਤ ਨਹੀਂ ਹੈ। ਤੁਸੀਂ ਦੇਖਿਆ ਹੋਣਾ ਭਾਰਤ ਜੋੜੋ ਯਾਤਰਾ 'ਚ ਲੋਕ ਕਿਵੇਂ ਪਹੁੰਚੇ, ਨਫ਼ਰਤ ਸੀ ਤਾਂ ਇਹਨਾਂ ਲੋਕਾਂ ਦੇ ਪ੍ਰਤੀ ਸੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤੇ ਲੋਕਾਂ ਨੂੰ ਕਿਸੇ ਤਣ ਪੱਤਨ ਨਹੀਂ ਲਾਇਆ, ਇਸ ਕਰਕੇ ਆ। ਜੀ ਸਰ, ਅੱਜ ਜਿਹੜਾ ਹੈ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਗਿਆ ਪੈਟਰੋਲ ਤੇ ਡੀਜ਼ਲ ਦੇ 90 ਪੈਸੇ ਜਿਹੜਾ ਹੈ ਵਧਾ ਦਿੱਤਾ ਗਿਆ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਇਹ ਬਦਲਾਅ ਹੈ ਜੀ, ਲੋਕ ਕਹਿੰਦੇ ਸੀ ਕਿ ਸਾਨੂੰ ਰਾਹਤ ਮਿਲੇਗੀ, ਰਾਹਤ ਪੰਜਾਬ ਦੇ ਵਿੱਚ ਇੱਕ ਆਮ ਲੋਕਾਂ ਦਾ ਰਾਜ ਹੋਏਗਾ, ਆਮ ਲੋਕਾਂ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਲੋਕਾਂ ਨੂੰ ਫਾਇਦਾ ਪਹੁੰਚੇਗਾ, ਸਰਕਾਰ ਕੋਲੇ ਪੈਸਾ ਨਹੀਂ ਹੈ, ਪੂਰਾ ਸਰਕਾਰ ਹੈ ਜਿਹੜੀ ਗੋਡੇ ਗੋਡੇ ਕਰਜ਼ਾ ਹੋ ਗਿਆ, ਰੋਜ਼ਾਨਾ ਪੈਸਾ ਲਿਆ ਜਾ ਰਿਹਾ ਹੈ ਔਰ ਕੋਈ ਵਿਉਂਤਬੰਦੀ ਵੀ ਨਹੀਂ, ਕਰਜ਼ਾ ਲੈਂਦੇ ਆ ਲੋਕ ਲੇਕਿਨ ਕਿਸੇ ਵਿਉਂਤਬੰਦੀ ਵਾਸਤੇ ਲੈਂਦੇ ਹੈ ਕਿ ਅੱਗੇ ਅਸੀਂ ਕੋਈ ਸਿਸਟਮ ਚਲਾਉਣਾ ਹੈ, ਕੋਈ ਇੰਡਸਟਰੀ ਲਾਉਣੀ ਹੈ, ਕਿਸੇ ਨੂੰ ਕੋਈ ਰਾਹਤ ਦੇਣੀ ਹੈ, ਕਰਜ਼ਾ ਲੈ ਕੇ ਵੱਡੇ ਵੱਡੇ ਬੋਰਡ ਲਾ ਦੇਣੇ, ਐਡਵਰਟਾਈਜ਼ਮੈਂਟ ਤੇ ਪੈਸਾ ਖਰਾਬ ਦੇਣਾ, ਜਹਾਜ਼ ਲੈ ਲੈਣੇ, ਏਅਰਕ੍ਰਾਫਟ ਵਾਸਤੇ ਟੈਂਡਰ ਕੱਢ ਦੇਣਾ, ਗੁਜਰਾਤ ਦੇ ਵਿੱਚ ਕਰੋੜਾਂ ਰੁਪਇਆ ਲਾ ਦੇਣਾ। ਸੋ ਮੈਂ ਸਮਝਦਾ ਕਿ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਮੇਰੀ ਕਿਸੇ ਵੱਡੇ ਆਫਿਸਰ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦਾ 2024 ਤੋਂ ਬਾਅਦ ਐਸੇ ਹਾਲਾਤ 'ਚ ਪੰਜਾਬ ਹੋ ਸਕਦੇ ਨੇ। ਆ ਬਿਜਲੀ ਜਿਹੜੀ ਰਾਹਤ ਦੇ ਤਾਂ ਦਿੱਤੀ ਹੈ, ਲੇਕਿਨ ਜਿਹੜਾ ਬਿਜਲੀ ਨੂੰ ਵਾਪਸ ਜਿਹੜਾ ਰਿਮਬਰਸਮੈਂਟ ਕਰਨੀ ਹੁੰਦੀ ਹੈ ਮਹਿਕਮੇ ਨੂੰ, ਉਹ ਨਹੀਂ ਹੋ ਰਹੀ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਦਿੱਤਾ ਹੀ ਨਹੀਂ ਜਾਣਾ ਕੁਝ ਜਿਸ ਤਰ੍ਹਾਂ ਦੇ ਹਾਲਾਤ, ਕਿਉਂਕਿ ਕੋਈ ਵਿਉਂਤਬੰਦੀ ਬਣਾਉਣ ਵਾਲਾ ਬੰਦਾ ਨਹੀਂ ਹੈ, ਸਰਕਾਰ ਬੜੀ ਅਣਜਾਣ ਹੈ। ਇੱਕ ਹੀ ਕੰਮ ਹੈ ਕਿ ਫਲਾਣੇ ਮਗਰ ਪੁਲਿਸ ਲਾ ਦਿਓ,
फलाने ते परचा दे दियो, फलाने दा घर मिल लो। इस तो बिना सरकार दी कोई कारगुजारी नहीं है। तुसी अज ना स्पेशल आया जी कह रहे सी रेता रेता जड़ा सी खड्डा जड़िया सस्ता देवांगे रेता। यार पिछले 9 महीनों तो ये कह रहे है कि असी रेता सस्ता देवांगे। हुण लोग याद कर रहे कि कांग्रेस, हालांकि कांग्रेस दे राज दे विच भी रेता बड़ा महंगा सीगा। और मैं विधानसभा खड़ा होके कहा सी यार थोड़े कैप्टन अमरिंदर सिंह जी नूं कि थोनू लोग याद करनगे, रेता फ्री कर दे। उरे बारे में स्कीम भी दसी सी, लेकिन आज 9 महीने हो गए, 2-3 तां मंत्री बदलते मैं। सो हजे तक रेते दे लई किसे नूं राहत, क्योंकि असी तां ओपोजिशन वाले, असी तां कहना है किसे प्रकार की राहत नहीं। लेकिन तुसी जनता नूं, पब्लिक नूं जरा पुछ लो कि रेता सस्ता है। अज रेता हिमाचल तो आ रहा है, रेता राजस्थान चो आ रहे हैं, तद करके कंस्ट्रक्शन ते वगैरह चल रही है। रेता सिफारिश ना मिल एक सिंगर ने नहीं ब्रदर, तुहानू ये दसना चाहना है, मैं दसना चाहना है कि पासपोर्ट्स दीयां जिहड़ियां डेट्स हैगियां, एक्सटेंशन लैनी है जां रीन्यू कराउणी है जां नवें बनाउणी है, वो 2-2 महीने दीयां वेटिंग है। उहदा कारण की है कि सारा पंजाब अज आप दे आप नूं डर दे माहौल च महसूस कर रहे हैं। वो चाहुंदा है कि किते ना किते बाहर चले जाइए। मेरे नाल कल कोई लड़का सफर कर रहा सी मुक्सर तो, मैं कहा फोन क्यों नहीं चक रहा, कहिंदा भाजी फीड नहीं नंबर। मैं क्यों फीड नहीं, तो फिर भी चक ला, कहिंदा भाजी डर लगता है भी किसी का फरौती मंगण वाले का फोन ना आ जाए। पूरे मन च यह डर सी भी जे फोन आ गया सुन लिया तो फिर ना दिते, फिर वो होगी जिन्हां दे नाल सिक्योरिटी वाले नाल नुकोदर च हुई, आम लोगों नाल हुई थां थां। सो इस करके डर का माहौल है, लोग सहमे हुए है। इस करके लोग आस्ट्रेलिया, तुसीं कहिंदे शिवी बराड़ चंगा मुंडा, चंगा सिंगर है, काबल व्यक्ति है, सो डर का माहौल तो है ही। लगता है थोनू देखो जिथों तक तुसीं ये गल कही है टारगेट दी, ये तो जमा एजेंडे ते है, क्योंकि अज कांग्रेस पार्टी मेन ओपोजिशन पार्टी है। किते ना किते आम आदमी पार्टी दे मन च डर हैगा कि साडा मुकाबला हुण आने वाले समय दे विच कांग्रेस पार्टी नाल होना है। और तमाम साडे लोग जिन्ने भी साडे दिग्गज लीडर साहब ने उन्हां टारगेट किया जा रहा है। इट्स अ वेंडेटा पॉलिटिक्स, बदलाखोरी की भावना नाल काम कर रहा। थोड़े सामने जिस बंदे नूं 40 महीने व्यक्ति मिले ही नहीं, हरदयाल कंबोज, लोग ये कहंदे है मैं माड़ा मोटा, मैनूं कानून दा उड़ाड़ा भी नहीं पता, लेकिन फिर भी इस गल दी जानकारी है कि तुरंत बंदा फैसला लेंदा है, मरन वाला व्यक्ति तुरंत फैसला लेंदा, वो कहना मैं फलाने बंदे तो परेशान होके। 40 महीने पहला व्यक्ति ये कहे कि मैं हरदयाल कंबोज को गया सी ते उन्होंने मेरी सुनवाई नहीं की। साडे कोले तां हजारां लोग आउंदे है जिहदे चों असीं 40-50% बंदे दे काम करा सकते हैं, 40-50% दे नहीं होंगे, इहदा मतलब वो सारे सुसाइड कर लेंगे ते असीं कित्थे जावांगे। और सरदार हरदयाल सिंह कंबोज बारे सारी दुनिया जानती है, एदू नफीस बंदा मैनू तो कोई पटियाले च नजर नहीं आउंदा कि किसी दे कीरा कीरा गला घुट दिता होवे, फिर उस दुकानदार रहना की दुश्मनी। सो मेरे कहन दा मतलब ਇਹ ਕੱਲ ਨੂੰ ਕਿਸੇ ਤੇ ਵੀ ਕਹਾਣੀ ਆ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਔਰ ਇਸ ਤਰ੍ਹਾਂ ਦੇ ਮੁਕੱਦਮੇ ਦਰਜ ਨਹੀਂ ਹੋਣੇ ਚਾਹੀਦੇ। ਹਾਂਜੀ, ਯਾਰ ਹੁਣ ਮੈਂ ਕਿਹੜਾ ਹਾਈਕੋਰਟ ਦਾ ਚੀਫ ਜਸਟਿਸ ਹੈ ਵੀ ਕਿਹਨੇ ਬਾਹਰ ਆਉਣਾ ਪਹਿਲਾਂ। ਮੈਂ ਤਾਂ ਇਹ ਕਹਿੰਦਾ ਕਿ ਸਾਡੇ ਦੋਨੋਂ ਲੀਡਰ, ਦੋਨੋਂ ਔਰ ਦੋਨੋਂ ਨਹੀਂ, ਮੈਂ ਤਾਂ ਇਹ ਵੀ ਕਹਿੰਦਾ ਕਿ ਜੇਲ੍ਹਾਂ 'ਚ ਬੈਠੇ ਨਜਾਇਜ਼ ਵਿਅਕਤੀ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਜਿਨ੍ਹਾਂ ਨੂੰ ਵਿਚਾਰਿਆਂ ਨਾਲ ਧੱਕਾ ਹੋਇਆ, ਆ ਕੋਈ ਸਮਾਣੇ ਦੇ ਸਾਡੇ MC ਸਾਹਿਬਾਨ ਪਿੱਛੇ ਫੜਦੇ ਸੀ। ਸੋ ਮੈਂ ਤਾਂ ਕਹਿੰਦਾ ਹਰ ਵਿਅਕਤੀ ਜਿਹੜਾ ਜੇਲ੍ਹ 'ਚ ਨਜਾਇਜ਼ ਬੈਠਾ ਹੈ, ਉਹ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ, ਉਹ ਮੇਰੀ ਚੱਲੇ ਤਾਂ ਉਹ ਕੱਲ੍ਹ ਨੂੰ ਹੀ ਬਾਹਰ ਆ ਜਾਣ। ਦੇਖੋ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ 2-3 ਵਾਰੀ ਉਹਨਾਂ ਨੂੰ ਮੁਲਾਕਾਤ ਕਰਨ ਵਾਸਤੇ ਗਿਆ ਸੀਗਾ। ਉਦੋਂ ਮੇਰੇ ਖਿਆਲ ਉਹਨਾਂ ਨੇ ਮੌਨ ਵਗੈਰਾ ਕੋਈ ਉਹਨਾਂ ਨੇ ਮੈਨੂੰ ਸੁਪਰੀਟੈਂਡੈਂਟ ਨੇ ਕਿਹਾ ਔਨ ਰਿਕਾਰਡ ਮੈਂ ਮੁਲਾਕਾਤ, ਤੁਸੀਂ ਉੱਥੇ ਵੀ ਸਵਾਲ ਪੁੱਛ ਲਏ ਯਾਰ, ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਪੁੱਛੀ ਜਾਂਦੇ ਸੀ, ਤੁਸੀਂ ਪਹਿਲਾਂ ਪੁੱਛ ਲਿਆ ਕਰੋ। ਔਨ ਰਿਕਾਰਡ ਮੈਂ ਮੁਲਾਕਾਤ ਮੇਲ ਦੇ ਰਾਹੀਂ ਉਹਨਾਂ ਨੂੰ ਭੇਜਿਆ। ਉਦੋਂ ਉਹਨਾਂ ਦੇ ਮੇਰਾ ਖਿਆਲ ਕੋਈ ਵਰਤ ਚੱਲ ਰਹੇ ਸੀ ਕਿ ਮੌਨ ਚੱਲ ਰਹੇ ਸੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਮੁਲਾਕਾਤ
नहीं हो सकती। और मैनू कोई किसी नाल मुलाकात कांग्रेस परिवार दे किसी भी व्यक्ति नाल, चाहे वह सिद्धू साहब है चाहे कोई होर व्यक्ति है, मैनू मुलाकात करन च कोई गुरेज नहीं है। दूजी गल, कई बार कोई व्यक्ति कितने नहीं पहुंचता ज नहीं मुलाकात होती, यहाँ मतलब ये नहीं है भी और किसी के मतभेद है। हुण मैनू कोई मुलाकात इत्थे हुण हरदयाल जी नूं कोई नहीं मिलना आया होना, कोई लीडर आ गए कुछ लेट आउणगे, यहाँ मतलब ये नहीं है भी वो हरदयाल जी नाल किसी के मतभेद। मेरी मैडम नवजोत कौर सिद्धू जी नाल जदों वो जेल च गए थे उदों भी गल हुंदी रहिंदी सी, आ तीन चार दिन पहला भी साड़ी दो तीन बार दफा गल हुई है। और जे मैनू किसी के घरे जाना पएगा वो कहिंदे कि नीवियां रुखां नूं फल लगदे आ, मैनू कोई गुरेज नहीं है नवजोत सिंह सिद्धू के घरे जाण, समझ गए ना। और किसी के घरे जाण नाल किसी का कोई नीवा नहीं हो जाता, मैनू लगता वो वड्डा ही हुंदा। सो मेरा मेरा कोई रौला भी नहीं है। ਸਾਡੇ ਲੀਡਰ ਹੈ ਕੰਬੋਜ ਸਾਹਿਬ, ਅਸੀਂ ਇੱਕੇ ਡੈਸਕ ਤੇ ਬਹਿੰਦੇ ਸੀ, ਮੈਂ ਇਹਨਾਂ ਦਾ ਆਸ਼ੀਰਵਾਦ ਲੈਂਦਾ ਹੁੰਦਾ ਸੀ ਵਿਧਾਨ ਸਭਾ 'ਚ ਜਦੋਂ ਮੈਂ ਬੋਲਦਾ ਸੀ, ਅਤੇ ਕਈ ਵਾਰੀ ਸਮਾਂ ਘੱਟ ਹੁੰਦਾ ਸੀ ਵੀ 5 ਮਿੰਟ ਹੁੰਦੇ ਸੀ, ਉਹ ਕਹਿੰਦੇ ਸੀ 5 ਮਿੰਟ ਰਾਜੇ ਨੂੰ, ਅਤੇ ਫਿਰ ਮੈਂ ਇਹਨਾਂ ਦੇ ਪੈਰੀ ਹੱਥ ਲਾ ਕੇ ਜਦੋਂ ਖੜਾ ਹੋ ਜਾਂਦਾ ਹੈ ਅਤੇ ਇਹਨਾਂ ਨੂੰ ਮੈਂ ਕਹਿੰਦਾ ਸੀ ਹੁਣ ਤੁਸੀਂ ਧਿਆਨ ਰੱਖਿਓ, ਇਹ ਮੈਨੂੰ 5 ਮਿੰਟ ਦੀ ਥਾਂ 'ਤੇ 15 ਮਿੰਟ ਦਵਾਉਂਦੇ ਹੁੰਦੇ ਸੀ। ਅੱਜ ਮੈਂ ਆਪਦੇ ਲੀਡਰ ਨੂੰ ਮਿਲਣ ਵਾਸਤੇ ਆਇਆ, ਕਿਉਂਕਿ ਜਿਸ ਪ੍ਰਕਾਰ ਦੀ ਘਟਨਾਕ੍ਰਮ ਹੋਇਆ 2 ਮਹੀਨੇ ਕੋਈ ਚੰਗਾ ਵਿਅਕਤੀ ਮੰਨਾ ਹਰ ਚੀਜ਼ ਦਾ ਮੁਕਾਬਲਾ, ਇਹਨਾਂ ਨੇ ਆਪਦੇ ਪਿੰਡੇ ਤੋਂ ਬਹੁਤ ਚੀਜ਼ਾਂ ਹੰਡਾਈਆਂ, ਇੱਥੋਂ ਤੱਕ ਐਵੇਂ ਨਹੀਂ ਪਹੁੰਚੇ ਹਰਦਿਆਲ ਕੰਬੋਜ ਥੱਲਿਓਂ ਚੱਲ ਕੇ ਕਿਵੇਂ ਸੰਘਰਸ਼ ਕਰਕੇ ਪਹੁੰਚੇ, ਪਰ ਕਿਸ ਪ੍ਰਕਾਰ ਦਾ ਧੱਕਾ ਕਰਕੇ ਨਜਾਇਜ਼। ਸੋ ਮੈਂ ਆਸ਼ੀਰਵਾਦ ਲੈਣ ਵਾਸਤੇ ਅਤੇ ਉਹਨਾਂ ਨੂੰ ਜੱਫੀ ਪਾਉਣ ਵਾਸਤੇ ਇੱਥੇ ਆਇਆ ਸੀ ਕਿ ਪਰਮਾਤਮਾ ਕਿਰਪਾ ਕਰੇ। ਮੈਂ ਤਾਂ ਤੁਹਾਨੂੰ ਕਹੀ ਜਾਂਦਾ ਅੱਜ ਕੋਰਟ ਨੇ ਕੋਗਨੀਜੈਂਸ ਲਿਆ, ਅੱਜ ਕੋਰਟ ਨੇ ਕੋਗਨੀਜੈਂਸ ਲਿਆ ਕਿ ਭਾਈ SHO ਸਾਹਿਬ ਤੂੰ ਝੂਠ ਬੋਲ ਰਿਹਾ ਹੈ, ਲਿਖਿਆ ਜੱਜ ਨੇ ਗੱਲ ਲਿਖਿਆ ਭਾਈ ਤੂੰ ਝੂਠ ਬੋਲ ਰਿਹਾ ਹੈ। ਜਿਹੜਾ ਬੰਦਾ ਜਿਹੜਾ ਨੈਚੁਰਲੀ ਹੋਰ ਕੀ, ਨਹੀਂ ਤਾਂ ਪਹਿਲੇ ਦਿਨ ਆਉਣ ਜਦੋਂ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ ਤੇ ਫਿਰ ਕੀ ਗੱਲ ਸੀ, ਜਦੋਂ ਹਾਈਕੋਰਟ ਨੇ ਜ਼ਮਾਨਤ ਹੀ ਦਿੱਤੀ ਤਾਂ ਫਿਰ ਤੁਸੀਂ ਆਉਂਦਿਆਂ ਨੂੰ ਸਾਹਿਬ ਜੀ ਆਇਆ ਕਹੋ, ਇਨਵੈਸਟੀਗੇਸ਼ਨ ਜੁਆਇਨ ਕਰੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਜਿੰਨਾ ਚਿਕਰ ਜ਼ਮਾਨਤ ਨਹੀਂ ਸੀ ਨਾ ਹਰਦਿਆਲ ਜੀ ਤੁਹਾਡੇ ਕੋਲ ਆਏ, ਅਸੀਂ ਕਹਿ ਨਹੀਂ ਆਏ, ਸਾਡਾ ਹੱਕ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੈ, ਕਲੀਨ ਚਿੱਟ। ਕਹਿੰਦੇ ਆ ਕਿ ਸੱਚ ਦੀ ਸੁਣਵਾਈ ਦੇਰੀ ਨਾਲ ਹੁੰਦੀ ਹੈ ਕਿਉਂਕਿ ਕਲਯੁਗ ਹੈ, ਲੇਕਿਨ ਸੱਚ ਅੱਗੇ ਜ਼ਰੂਰ ਆਉਂਦਾ। ਆ ਤੁਹਾਡੇ ਸਾਹਮਣੇ ਉਹੀ ਹਰਦਿਆਲ ਕੰਬੋਜ ਜੀ ਜਿਨ੍ਹਾਂ ਨੇ ਸੁਪਨੇ ਲਏ ਸੀ ਕਿ ਇਹਨੂੰ ਇੱਕ ਵਾਰੀ ਅੰਦਰ ਪਾਉਣਾ ਹੈ, ਅੰਦਰ ਦੇਣਾ। ਜੇ ਸੱਚੇ ਪਾਤਸ਼ਾਹ ਅੰਦਰ ਪਾਉਂਦਾ ਤਾਂ ਉਹ ਵੀ ਬਹਿ ਜਾਂਦੇ, ਕੋਈ ਗੱਲ ਨਹੀਂ, ਕੋਈ ਅੰਦਰ ਬਹਿਣ ਨਾਲ ਕੋਈ ਬੰਦੇ 'ਤੇ ਉਹ ਨਹੀਂ ਹੁੰਦਾ, ਬਟ ਤੁਹਾਡੇ ਸਾਹਮਣੇ ਸੱਚ ਆਏਗਾ। ਧੰਨਵਾਦੀ ਹਾਂ ਮੈਂ ਮਾਨਯੋਗ ਹਾਈ ਕੋਰਟ ਨਾਲ ਜਿਨ੍ਹਾਂ ਨੇ ਐਂਟੀਸਪੇਟਰੀ ਬੇਲ ਦੇ ਕੇ ਇਸ ਗੱਲ 'ਤੇ ਮੋਹਰ ਲਾਤੀ ਹੈ ਕਿ ਹਰਦਿਆਲ ਕੰਬੋਜ ਨਿਰਦੋਸ਼ ਹੈ ਅਤੇ ਉਹਨਾਂ ਨੂੰ ਕੋਈ ਹੱਥ ਨਹੀਂ।